ਜਲੰਧਰ ਦੇ ਪਠਾਨਕੋਟ ਰੋਡ ਤੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨੂਕੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੰਡੀਅਨ ਰੈਵਨਿਊ ਸਰਵਿਸ ਅਫਸਰ ਰਹੇ ਹਨ ਅਤੇ ਜੇਕਰ ਉਹਨਾਂ ਨੇ ਔਰਤਾਂ ਨਾਲ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਤਾਂ ਉਹਨਾਂ ਨੂੰ ਸਾਰਾ ਗਣਿਤ ਪਤਾ ਹੈ ਇਸ ਵਾਅਦੇ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਹੈ ਅਤੇ ਉਹ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਬਿਹਤਰੀਨ ਵੱਲ ਲੈ ਕੇ ਜਾਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਪੰਜਾਬੀਆਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵੇਂ ਕਰਨ ਦੀ ਮੰਗ ਕੀਤੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨਹੀਂ ਮੰਨੇ ਅਤੇ ਅੱਜ ਕਾਂਗਰਸ ਸਰਕਾਰ ਨੇ ਉਹੀ ਗੱਲ ਮੰਨ ਲਈ ਹੈ। ਚੁਣਾਵ ਜਿਹੜੇ ਆ ਨਜ਼ਦੀਕ ਆ ਗਏ ਨੇ ਲੇਕਿਨ ਹਜੇ ਜਿਹੜਾ ਅਰਵਿੰਦ ਕੇਜਰੀਵਾਲ ਨੇ ਨਾ ਤਾਂ ਸੀਐਮ ਅਨਾਊਂਸ ਕੀਤਾ ਤੇ ਨਾ ਹੀ ਜਿਹੜੇ ਹਜੇ ਕੈਂਡੀਡੇਟ ਅਨਾਊਂਸ ਕੀਤੇ ਹੈਗੇ। ਦੇਖੋ ਹਰ ਪਾਰਟੀ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਇੱਕ ਲਿਸਟ ਸਾਡੀ ਜਾਰੀ ਹੋ ਚੁੱਕੀ ਹੈ, ਜਲਦੀ ਹੀ ਅਸੀਂ ਬਹੁਤ ਸਾਰੀਆਂ ਲਿਸਟਾਂ ਜਾਰੀ ਕਰ ਦਾਂਗੇ ਪਰ ਸਾਡੇ ਹਲਕਾ ਇੰਚਾਰਜ ਅਸੀਂ ਲਗਾਉਂਦੇ ਜਾ ਰਹੇ ਹਾਂ। ਉਹਨਾਂ ਦਾ ਅਗਰ ਰਿਵਿਊ ਹੋਏਗਾ, ਪਾਰਟੀ ਦਾ ਰਿਵਿਊ ਆ, ਪਾਰਟੀ ਦਾ ਪ੍ਰੋਸੈਸ ਹੈ, ਜਿਵੇਂ ਜਿਵੇਂ ਹੋਇਆ ਦੂਸਰੀ ਤੀਸਰੀ ਲਿਸਟ ਦੇ ਵਿੱਚ ਹੀ ਪਾਰਟੀ ਅਨਾਊਂਸ ਕਰਦੀ ਹੈ। ਜਿਹੜੀ ਤੁਸੀਂ ਗੱਲ ਨਹੀਂ ਕੀਤੀ ਸੀਐਮ ਦੀ, 2017 ਦੇ ਵਿੱਚ ਅਸੀਂ ਸੀਐਮ ਨਾ ਅਨਾਊਂਸ ਕਰਕੇ ਇੱਕ ਵੱਡੀ ਗਲਤੀ ਭੁਗਤ ਚੁੱਕੇ ਹਾਂ। ਦੁੱਧ ਦਾ ਜੜਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ। ਅਸੀਂ 22 'ਚ ਉਹ ਗਲਤੀ ਨਹੀਂ ਕਰਨੀ। ਲੋਕ ਚਾਹੁੰਦੇ ਆ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਲੋਕਾਂ ਨੇ ਸੋਚ ਸਿਰ ਮੱਥੇ ਅਤੇ ਇਸ ਵਾਰ ਅਸੀਂ ਜਦੋਂ ਚੋਣ ਮੈਦਾਨ 'ਚ ਉਤਰਾਂਗੇ ਸੀਐਮ ਦੇ ਫੇਸ ਨਾਲ ਹੀ ਉਤਰਾਂਗੇ। ਆਪਣੇ ਕੈਂਡੀਡੇਟ ਹੀ ਪਾਰਟੀ ਛੱਡ ਕੇ ਜਾ ਰਹੇ, ਪਹਿਲਾਂ ਰੂਬੀ ਜੀ ਗਏ, ਹੁਣ ਜਗਾ ਜੀ ਤੇ ਇੱਕ ਕੇਜਰੀਵਾਲ ਜੀ ਦਾ ਇੱਥੇ ਹੀ ਇੱਕ ਜਿਹੜਾ ਬਿਆਨ ਸਾਹਮਣੇ ਆਇਆ, ਕਹਿ ਰਹੇ ਕਿ ਅਸੀਂ ਹੋਰ ਪਾਰਟੀਆਂ ਦਾ ਕਚਰਾ ਆਪਣੀ ਪਾਰਟੀ 'ਚ ਨਹੀਂ ਲਵਾਂਗੇ। ਲੇਕਿਨ ਜਦੋਂ ਇੱਥੋਂ ਦੀ ਵਿਧਾਇਕ ਉੱਧਰ ਜਾ ਰਹੇ ਤਾਂ ਉਹਨਾਂ ਨੂੰ ਕੀ ਦੇਖਦੇ ਹੋ ਕਿ ਉਹ ਕਚਰਾ ਨਹੀਂ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹੂੰਗੀ ਵੀ ਇੱਕ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਜਿਹੜੀ ਸਿੱਧੇ ਸਾਦੇ ਲੋਕਾਂ ਨੂੰ ਪੋਲੀਟੀਕਲ ਪੌੜੀਆਂ ਚੜ੍ਹਾ ਦਿੰਦੀ ਹੈ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਵੀ ਅਸੀਂ ਪੋਲੀਟੀਸ਼ੀਅਨ ਹੋ ਗਏ ਫਿਰ ਉਹ ਰਾਜਨੀਤੀ ਵਾਲੇ ਦਾਪੇ 'ਚ ਵੀ ਸਿੱਖ ਜਾਂਦੇ ਆ ਅਤੇ ਉਹ ਕਰਦੇ ਆ। ਪਰ ਸਾਡੀ ਰਾਜਨੀਤੀ 'ਚ, ਸਾਡੀ ਪਾਰਟੀ 'ਚ ਉਹਨਾਂ ਲੋਕਾਂ ਲਈ ਜਗ੍ਹਾ ਵਾ ਜਿਹੜੇ ਲੋਕਾਂ ਨੇ ਸੋਚ ਰੱਖਣ। ਦੂਜੀ ਗੱਲ ਇਹ ਆ, ਸਾਡੇ ਹੁਣ 5-6 ਵਿਧਾਇਕ ਉੱਥੇ ਹੋ ਗਏ। ਅਰਵਿੰਦ ਕੇਜਰੀਵਾਲ ਜੀ ਜਦੋਂ LG ਕੰਮ ਨਹੀਂ ਸੀ ਕਰਦਾ, ਉਹ LG ਦੇ ਘਰ ਇੱਕ CM ਅਨਸ਼ਨ 'ਤੇ ਬੈਠ ਗਏ ਸੀ, ਲਗਾਤਾਰ ਬੈਠੇ ਰਹੇ ਵੀ ਸਾਡੀ ਫਾਈਲ ਸਾਈਨ ਕਰ। ਮੈਂ ਉਹਨਾਂ 5 ਵਿਧਾਇਕਾਂ ਨੂੰ ਬੇਨਤੀ ਕਰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਹੁਣ ਤੁਸੀਂ ਆਮ ਆਦਮੀ ਪਾਰਟੀ ਦਾ ਵਿਰੋਧੀ ਆ, ਉੱਧਰ ਛੱਡੋ, ਤੁਸੀਂ ਤਾਂ ਇੱਕ ਸੱਤਾ ਦੇ ਵਿੱਚ ਆ। ਹੁਣ ਜਿਨ੍ਹਾਂ ਨੇ ਤੁਸੀਂ ਕਿਹਾ ਸੀ ਆਸ਼ਾ ਵਰਕਰ ਨੂੰ ਆਹ ਹੋਣਾ ਚਾਹੀਦਾ ਉਹ ਕਰਵਾ ਲਓ, ਤੁਸੀਂ ਕਿਹਾ ਸੀ ਕੱਚੇ ਪੱਕੇ ਮੁਲਾਜ਼ਮਾਂ ਦਾ ਹੋਣਾ ਚਾਹੀਦਾ, ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ, ਤੁਸੀਂ ਕਿਹਾ ਸੀ ਘਰ ਘਰ ਨੌਕਰੀਆਂ ਦਿਓ, ਨੌਜਵਾਨਾਂ ਦੀਆਂ ਨੌਕਰੀਆਂ ਕਿੱਥੇ ਆ? ਤੁਸੀਂ ਵਿਧਾਨ ਸਭਾ 'ਚ ਬੋਲਦੇ ਸੀ, ਤੁਸੀਂ 5 ਜਣੇ ਰਲ ਕੇ ਚੰਨੀ ਸਾਹਿਬ ਦੇ ਘਰ 'ਚ ਮਰਨ ਵਰਤ 'ਤੇ ਬੈਠ ਜਾਓ। ਜੇ ਨਹੀਂ ਕਰਦੇ ਤਾਂ ਤੁਸੀਂ ਦੇਖੋ, ਘੱਟੋ ਘੱਟ ਹੁਣ ਤਾਂ ਤੁਸੀਂ ਸੱਤਾ ਦੇ ਵਿੱਚ ਆ ਗਏ ਨਾ। ਜੇ ਸੱਤਾ 'ਚ ਆ ਗਏ, ਸੱਤਾ ਦਾ ਸੁੱਖ ਭੋਗਣਾ ਇਕੱਲੀ ਸੱਤਾ ਨਹੀਂ ਹੁੰਦੀ, ਤੇ ਤੁਸੀਂ ਉਹਨਾਂ ਦਾ ਹੱਲ ਕਢਾਓ ਨਾਲ। ਇੱਕ ਗਰੰਟੀ ਦਿੱਤੀ ਹੈ ਕਿ ਕੇਜਰੀਵਾਲ ਸਾਹਿਬ ਨੇ ਮਹਿਲਾਵਾਂ ਜਿਹੜੀਆਂ ਹੈਗੀਆਂ ਪੰਜਾਬ ਦੀਆਂ, ਉਹਨਾਂ ਨੂੰ 1000 ਰੁਪਇਆ ਜਿਹੜਾ ਮਹੀਨੇ ਦਾ ਦੇਣਗੇ। ਜੀ, ਉਹਨਾਂ ਨੂੰ ਪਤਾ ਹੈਗਾ ਸੰਖਿਆ ਕਿੰਨੀ ਹੈ ਮਹਿਲਾਵਾਂ ਦੀ ਪੰਜਾਬ 'ਚ? ਅਰਵਿੰਦ ਕੇਜਰੀਵਾਲ ਇੱਕ IRS ਅਫੀਸਰ ਹੈ। ਹਾਂਜੀ, ਉਹਨਾਂ ਨੂੰ ਜਦੋਂ ਕੋਈ ਐਲਾਨ ਕਰਦੇ ਆ ਉਹ ਡਾਟੇ ਦੇ ਨਾਲ ਕਰਦੇ ਆ ਆਪਣਾ ਐਲਾਨ। ਤੁਸੀਂ ਇਹ ਕੁਐਸਚਨ ਉਦੋਂ ਪੁੱਛ ਸਕਦੇ ਹੋ ਜਦੋਂ ਸਾਡੀ ਸਰਕਾਰ ਬਣ ਗਈ, ਉਹਨਾਂ ਤੋਂ ਪੁੱਛ ਸਕਦੇ ਹੋ। ਜਿਹੜੀ ਗੱਲ ਮੇਰੀ ਹੈ, ਅਸੀਂ ਤਾਂ ਆਪਣੇ ਲੀਡਰ ਨੂੰ ਗੱਲ ਨੂੰ ਫੋਲੋ ਕਰਨਾ ਹੁੰਦਾ। ਰੁਪਈਆ ਦੇਣ ਦੀ ਗੱਲ ਉਹਨਾਂ ਨੇ ਗਰੰਟੀ ਚੱਕ ਲਈ, ਕੱਲ੍ਹ ਨੂੰ ਸਰਕਾਰ ਬਣ ਜਾਂਦੀ ਆ, 74 ਲੱਖ ਪੰਜਾਬ ਦੇ ਵਿੱਚ ਮਹਿਲਾਵਾਂ ਹੈਗੀਆਂ ਨੇ, ਸਾਲ ਦਾ 8400 ਕਰੋੜ ਰੁਪਈਆ ਬਣਦਾ, ਰੈਵਨਿਊ ਤਾਂ ਹੈ ਨਹੀਂ ਪੰਜਾਬ ਕੋਲ ਇੰਨਾ। ਦੇਖੋ ਜੀ, ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਮੈਂ ਤਾਂ ਆਰਾਮ ਨਾਲ ਦੇ ਸਕਦਾ ਕਿਉਂਕਿ ਮੈਂ ਖੱਬੇ ਸੱਜੇ ਮਾਫੀਆ ਨਹੀਂ ਬਿਠਾਉਣਾ, ਅਤੇ ਤੁਹਾਨੂੰ ਪਤਾ ਵੀ ਸ਼ਰਾਬ 'ਤੇ ਸਾਡੀ 5500 ਤੋਂ 4500 ਕਰੋੜ ਰੁਪਈਆ ਇਨਕਮ ਹੁੰਦੀ ਹੈ ਸਾਲਾਨਾ, ਠੀਕ ਹੈ? ਜਦਕਿ ਤੇਲੰਗਾਨਾ ਵਰਗਾ ਜਿਹੜਾ ਸਟੇਟ ਆ ਸਾਡੇ ਤੋਂ ਬਾਅਦ 'ਚ ਬਣਿਆ, ਉਹ 10000 ਕਰੋੜ ਤੋਂ 30000 ਕਰੋੜ ਪਹੁੰਚ ਗਿਆ। ਜੇ ਅਸੀਂ ਲੀਕੇਜ ਨੂੰ ਰੋਕਾਂਗੇ ਤਾਂ ਸਾਡੀ ਇਕਨੋਮੀ ਵੀ ਬੂਸਟ ਕਰੇਗੀ, ਅਤੇ ਜਦੋਂ ਲੋਕਾਂ ਦਾ ਪੈਸਾ ਲੋਕਾਂ 'ਚ ਜਾਏਗਾ ਫਿਰ ਚਾਹੇ ਉਹ ਮਹਿਲਾਵਾਂ ਨੂੰ 1000 ਰੁਪਇਆ ਹੋਵੇ, ਚਾਹੇ ਉਹ ਸਿਹਤ ਸਹੂਲਤਾਂ ਹੋਣ ਜਾਂ ਸਿੱਖਿਆ ਹੋਵੇ ਦੇਣੀ ਹੈ। ਮਹਿਲਾਵਾਂ ਨੂੰ ਇੱਦਾਂ 1000 ਰੁਪਇਆ ਦੇਣ ਦੀ ਬਜਾਏ ਕਿਉਂ ਨਹੀਂ ਮਹਿਲਾਵਾਂ ਵਾਸਤੇ ਜਿਹੜੇ ਜੋਬਾਂ ਹੈਗੀਆਂ ਜਾਂ ਹੋਰ ਕੰਮ ਹੈਗੇ ਦਿੱਤਾ ਜਾਵੇ, ਜਿਹੜੇ ਹੈਗੇ ਉਹ ਕੱਢੇ ਜਾਣ? ਦੇਖੋ ਜੀ, ਜਦੋਂ ਉਹ ਕਹਿੰਦੇ ਆ ਵੀ ਸਿੱਖਿਆ ਪ੍ਰਣਾਲੀ ਬਿਹਤਰ ਕਰਾਂਗੇ, ਉੱਥੇ ਵੀ ਅਸੀਂ ਮਹਿਲਾਵਾਂ ਨੂੰ ਟੀਚਰ ਰੱਖਾਂਗੇ ਨਾ, ਸਾਰੇ ਬੰਦਿਆਂ ਨੂੰ ਵੀ ਰੱਖਾਂਗੇ, ਲੇਡੀਜ਼ ਨੂੰ ਵੀ ਰੱਖਾਂਗੇ। ਜਦੋਂ ਉਹ ਕਹਿੰਦੇ ਆ ਵੀ ਬਿਹਤਰ ਸਿਹਤ ਸਹੂਲਤਾਂ, 16000 ਮੁਹੱਲਾ ਕਲੀਨਿਕ ਬਣੇਗਾ, ਉੱਥੇ ਡਾਕਟਰ ਪੈਰਾਮੈਡੀਕਲ ਸਟਾਫ ਰੱਖੇਗਾ, ਉਹਨੇ 'ਚ ਵੀ ਲੇਡੀਜ਼ ਹੋਣਗੀਆਂ। ਜਦੋਂ ਉਹ ਕਹਿ ਰਹੇ ਆ ਬਈ ਅਸੀਂ ਹਰ ਚੀਜ਼ ਨੂੰ ਬਿਹਤਰ ਕਰਾਂਗੇ, ਵਪਾਰੀਆਂ ਨਾਲ ਮੀਟਿੰਗ ਕਰਕੇ ਕਹਿੰਦੇ ਵੀ ਤੁਹਾਡਾ ਵਪਾਰ ਬਿਹਤਰ ਕਰਾਉਣਾ ਮੇਰੀ ਜ਼ਿੰਮੇਵਾਰੀ ਹੈ, ਪਰ ਤੁਸੀਂ ਮੇਰੇ ਲੋਕਾਂ ਨੂੰ ਨੌਕਰੀ ਦੇਣੀ ਆ। ਦੇਖੋ, ਇਨਕਮ ਜਨਰੇਸ਼ਨ ਜਾਂ ਇੰਪਲਾਇਮੈਂਟ ਜਨਰੇਸ਼ਨ ਸਰਕਾਰਾਂ ਦਾ ਕੰਮ ਹੁੰਦਾ। ਜੇ ਉਹ ਆਪਣੇ ਮੈਥਡਸ ਲੱਭ ਰਹੇ ਆ, ਉਹਨਾਂ ਨੂੰ ਸੋਰਸਿਸ ਦੇਣ ਦੀ ਕੋਸ਼ਿਸ਼ ਕਰ ਰਹੇ ਆ,
ਤਾਂ ਇਹਦੇ 'ਚ ਹਰਜ ਕੀ ਆ? ਹੁਣ ਜੇ ਉਹ ਕਹਿਣਗੇ ਬਈ ਮੈਂ ਇੰਨੇ ਲੱਖ ਘਰ ਘਰ ਨੌਕਰੀ ਤਾਂ ਪਿਛਲੀ ਸਰਕਾਰ ਦੇ ਚੁੱਕੀ, ਮਿਲੀ ਕਿਸੇ ਨੂੰ? 2500 ਬੇਰੁਜ਼ਗਾਰੀ ਭੱਤਾ ਦਿੰਦੀ ਸੀ, ਮਿਲਿਆ ਕਿਸੇ ਨੂੰ? ਨਸ਼ਾ ਮੁਕਤੀ ਸਰਕਾਰ ਕਹਿੰਦੀ ਸੀ, ਮਿਲੀ ਕਿਸੇ ਨੂੰ? ਉਹ ਕਹਿੰਦੇ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਅਜੇ ਵੀ ਉੱਥੇ ਹੀ ਕੱਚੇ ਪੱਕੇ ਮੁਲਾਜ਼ਮ ਕੋ ਚੰਨੀ ਸਾਹਿਬ ਕਹਿੰਦੇ ਵੀ 36,000 ਪੱਕੇ ਕਰਤੇ, ਉਹ ਸਾਰੇ ਡਿਪਾਰਟਮੈਂਟਸ ਤੁਹਾਨੂੰ ਪਤਾ ਹੀ ਹੈ, ਤੁਸੀਂ ਤਾਂ ਬਹੁਤ ਸੂਝਵਾਨ ਹੋ। ਉਹ ਕਹਿੰਦੇ ਵੀ ਸਾਡੇ 'ਚ ਤਾਂ ਕੋਈ ਹੋਇਆ ਨਹੀਂ, 36,000 ਹੈ ਕਿਹੜੇ, ਸਾਨੂੰ ਉਹੀ ਦੱਸ ਦਿਓ। ਨੌਜਵਾਨਾਂ ਲਈ ਸਰਕਾਰੀ ਨੌਕਰੀ ਕੀ ਓਪਰਚੁਨਿਟੀ ਦੋਵੇਂ, ਕਿਉਂਕਿ ਹੁਣ ਜਿਹੜੇ ਆ ਨਾ ਕੋਈ ਵੀ ਸਰਕਾਰੀ ਨੌਕਰੀ ਨਹੀਂ ਮਿਲੀ, ਜਿੱਦਾਂ ਪੰਜਾਬ ਪੁਲਿਸ ਦੀ ਭਰਤੀ ਸੀਗੀ ਉਹ ਵੀ ਰਾਤੀ ਕਰਦੀ 1000 ਰੁਪਈਆ ਸਭ ਤੋਂ ਲੈ ਲਿਆ, SCBC ਸਾਰੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਟਰਾਂਸਪੇਰੈਂਸੀ ਕਿਸੇ ਵੀ ਭਰਤੀ ਦੇ ਵਿੱਚ ਬਹੁਤ ਜ਼ਰੂਰੀ ਹੈ, ਚਾਹੇ ਉਹ ਪਟਵਾਰੀ ਦੀ ਭਰਤੀ ਹੋਵੇ ਜਾਂ ਪੁਲਿਸ ਦੀ ਭਰਤੀ ਹੋਵੇ। ਜਦੋਂ ਜਿਵੇਂ ਜਿਵੇਂ ਤੁਸੀਂ ਆਪਣੀ ਗੱਲ ਕਰਾਂਗੇ ਨੌਜਵਾਨ ਦੀ, ਅਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਸੀ ਵੀ ਤੁਸੀਂ 75% ਜਾਂ 80% ਨੌਕਰੀਆਂ ਨੌਜਵਾਨਾਂ ਦੀਆਂ ਪੰਜਾਬੀਆਂ ਦੀਆਂ ਰਾਖਵੀਆਂਕਰਨ ਕਰੋ, ਅਤੇ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਸੀ ਤੁਹਾਡੇ ਚੈਨਲ ਦੇ ਰਾਹੀਂ ਵੀ ਇਹ ਬੇਤੁਕੀਆਂ ਗੱਲਾਂ ਕਰਦੇ, ਆਮ ਆਦਮੀ ਪਾਰਟੀ ਨੂੰ ਪਤਾ ਹੀ ਨਹੀਂ। ਜਿਹੜੀ ਚੀਜ਼ ਦਾ ਆਮ ਆਦਮੀ ਪਾਰਟੀ ਤੁਹਾਡੇ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ, ਸਾਨੂੰ ਪਤਾ, ਅਸੀਂ ਖੁਦ ਕੁਆਲੀਫਾਈਡ ਹਾਂ, ਸਾਡਾ ਦਰਦ ਕੀ ਹੁੰਦਾ ਇਹਨਾਂ ਚੀਜ਼ਾਂ ਦਾ। ਬਿਲਕੁਲ ਜਿੱਥੇ ਜਿੱਥੇ ਨੌਜਵਾਨ ਨੂੰ ਸਰਕਾਰੀ ਨੌਕਰੀਆਂ ਦੀ ਸਹੂਲਤ, ਅਸੀਂ ਜੇ ਬਿਲਕੁਲ ਸਰਕਾਰੀ ਨੌਕਰੀ ਦੀ ਕੋਈ ਭਰਤੀ ਹੋਈ ਨਾ ਕੀਤੀ ਤਾਂ ਅਸੀਂ ਡਿਪਾਰਟਮੈਂਟ ਕਿੱਥੋਂ ਚਲਾ ਲਾਂਗੇ, ਦੇਵਾਂਗੇ? ਇੱਕ ਸਕੂਲਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਸਕੂਲਾਂ ਦੀ ਜਿਹੜੀ ਸਥਿਤੀ ਹੈਗੀ ਆ ਕਾਫੀ ਖਰਾਬ ਹੈਗੀ ਆ, ਅਤੇ ਜਿਹੜੇ ਦਿੱਲੀ ਦੇ ਸਕੂਲ ਵਧੀਆ ਨੇ। ਲੇਕਿਨ ਪ੍ਰਗਟ ਸਿੰਘ ਨੇ ਕਿਹਾ ਹੈਗਾ ਕਿ ਦਿੱਲੀ ਕੈਪੀਟਲ ਹੈ ਔਰ ਪੰਜਾਬ ਇੱਕ ਸਟੇਟ ਹੈ, ਉਹਨੂੰ ਕੰਪੈਰੀਜ਼ਨ ਨਾ ਕੀਤਾ ਜਾਵੇ। ਉੱਥੇ 100 ਸਕੂਲ ਹੈਗੇ ਆ ਔਰ ਇੱਥੇ 2700 ਸਕੂਲ ਹੈ, ਲੇਕਿਨ ਉਹ ਸਾਰੇ ਸਕੂਲਾਂ ਦੀ ਜਿਹੜੀ ਹਾਲਤ ਬਿਲਕੁਲ ਸਹੀ ਹੈ। ਜਿਹੜਾ ਤਾਂ ਪ੍ਰਗਟ ਸਿੰਘ ਜੀ ਨੇ 100 ਸਕੂਲਾਂ ਦੀ ਗੱਲ ਕੀਤੀ ਆ, ਮਨੀਸ਼ ਸਿਸੋਦੀਆ ਜੀ ਨੇ 250 ਸਕੂਲਾਂ ਦੀ ਗਿਣਤੀ ਦਿੱਤੀ, ਪਹਿਲੀ ਤਾਂ ਗੱਲ ਇੱਥੋਂ ਹੀ ਪਤਾ ਲੱਗ ਗਈ। ਦੂਜੀ ਗੱਲ, ਉਹ ਕਹਿੰਦੇ ਦਿੱਲੀ ਇੱਕ ਕੈਪੀਟਲ ਆ ਅਤੇ ਪਾਪੂਲੇਸ਼ਨ ਵੀ ਜ਼ਿਆਦਾ। ਤੀਸਰੀ ਗੱਲ, ਵੈਸੇ ਤਾਂ ਪ੍ਰਗਟ ਸਿੰਘ ਜੀ ਹੁਣ ਤੱਕ ਕਹਿੰਦੇ ਰਹੇ ਆ ਵੀ ਕੈਪਟਨ ਸਰਕਾਰ ਨੇ ਕੁਛ ਨਹੀਂ ਕੰਮ ਕੀਤਾ, ਕੁਛ ਨਹੀਂ ਕੰਮ ਕੀਤਾ, ਕੈਪਟਨ ਸਰਕਾਰ ਪੂਰੀ ਨਿਕੰਮੀ ਆ, ਮੋਦੀ ਸਾਹਿਬ ਨਾਲ ਰਲੀ। ਇੱਕ ਮਿੰਟ, ਕੈਪੀਟਲ ਨੂੰ ਸਟੇਟ ਨਾਲ ਜਿਹੜਾ ਕੰਪੈਰੀਜ਼ਨ ਨਾ ਕੀਤਾ ਜਾਵੇ। ਦੇਖੋ ਮੇਰੀ ਗੱਲ ਸੁਣੋ, ਵੈਸੇ ਤਾਂ ਪ੍ਰਗਟ ਸਿੰਘ ਜੀ ਹੁਣ ਤੱਕ ਇਹੀ ਕਹਿੰਦੇ ਰਹੇ ਆ ਵੀ ਕੈਪਟਨ ਸਰਕਾਰ ਨਿਕੰਮੀ ਆ, ਕੱਖ ਨਹੀਂ ਕੀਤਾ, ਕੱਖ ਨਹੀਂ ਕੀਤਾ, ਪਰ ਜਿਹੜਾ ਉਹਨਾਂ ਨੇ ਮੋਦੀ ਜੀ ਨਾਲ ਕਹਿੰਦੇ ਰਲੇ ਹੋਏ ਆ, ਜਿਹੜਾ ਉਹਨਾਂ ਨੇ ਰੈਂਕਿੰਗ ਰਲ ਕੇ ਕਰਵਾ ਲਈ ਆਪਦੀ, ਉਹ ਠੀਕ ਆ। ਜਿਹੜਾ ਸਾਨੂੰ ਬੈਨੀਫਿਟ ਦੇਣਾ ਉਹ ਠੀਕ ਹੈ। ਅੱਜ ਉਹਨਾਂ ਨੇ 250 ਸਕੂਲਾਂ ਦੀ ਲਿਸਟ ਦਿੱਤੀ ਹੈ, ਇਹ ਇਹਨਾਂ ਦੀ ਸਟੇਟ ਆ, ਚਲੋ ਇਹ ਥੋੜ੍ਹਾ ਘੱਟ ਕਰ ਲੈਣ, ਇਹ ਵੀ ਆਪਦੀ ਲਿਸਟ ਦੇ ਦੇਣ। ਗੱਲ ਤਾਂ ਲਿਸਟ ਦੀ ਹੈ, 2700 ਸਕੂਲ ਹੈ ਪੰਜਾਬ 'ਚ, ਜੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹੜਾ ਇਕੱਲੇ 250 ਦੀ ਦਿੱਤੀ ਆ, ਉਹਨਾਂ ਨੇ ਬਿਹਤਰ ਬੈਸਟ ਸਕੂਲਾਂ ਦੀ ਦਿੱਤੀ ਆ ਆਪਦੀ, ਉੱਥੇ ਵੀ ਤਾਂ ਸਕੂਲ ਹੈਗੇ ਹੀ ਆ। ਉਹਨਾਂ ਨੇ ਜਦੋਂ ਇਹਨਾਂ ਨੇ ਕਿਹਾ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਨਵੇਂ ਕਾਲਜ ਖੋਲ੍ਹਾਂਗੇ, ਨਾਲ ਦੀ ਨਾਲ ਕਾਲਜਾਂ ਨੂੰ ਚਿੱਠੀਆਂ ਪਾ ਦਿੱਤੀਆਂ ਵੀ PTA 'ਚੋਂ 500,000 ਸਾਨੂੰ ਭੇਜ ਦਿਉ, ਪੁਰਾਣਾ ਫਰਨੀਚਰ ਭੇਜ ਦਿਉ। ਉਹ ਆਪਣਾ ਮਤਲਬ ਇਹ ਨਹੀਂ ਹੁੰਦਾ ਵੀ ਨਵਾਂ ਇਨਫਰਾਸਟ੍ਰਕਚਰ ਕਿੰਨਾ ਖੜ੍ਹਾ ਕੀਤਾ, ਉਹ ਤਾਂ ਸਰਕਾਰੀ ਖਜ਼ਾਨੇ ਦੀ ਲੁੱਟ ਹੈ। ਆਪਣਾ ਮਤਲਬ ਇਹ ਹੈ ਜਿਹੜਾ ਪੁਰਾਣਾ ਖੜ੍ਹਾ ਉਹਨੂੰ ਰੈਨੋਵੇਟ ਕਰਕੇ ਅਸੀਂ ਕਿੰਨਾ ਯੂਟੀਲਾਈਜ਼ ਕੀਤਾ। ਜੇ ਪ੍ਰਗਟ ਸਿੰਘ ਜੀ ਨੂੰ ਲੱਗਦਾ, ਇੱਕ ਵਾਰੀ ਉਹਨਾਂ ਨੇ ਅੱਜ ਮਨੀਸ਼ ਜੀ ਨੇ ਲਿਸਟ ਜਾਰੀ ਕੀਤੀ ਹੈ, ਉਹ ਆਪਣੀ ਲਿਸਟ ਲੈ ਜਾਣ, ਉਹ ਆਪਣੀ ਲਿਸਟ ਲੈ ਜਾਣ, ਚੈਲੰਜ ਕਬੂਲ ਕਰਨ। ਇੱਕ ਅੱਜ ਜਿਹੜਾ ਵਿਵਾਦ ਛਿੜਿਆ ਹੈਗਾ ਪੰਜਾਬ ਦੇ ਬਠਿੰਡਾ ਦੇ ਵਿੱਚ, 60 ਜਿਹੜੇ ਸਕੂਲੀ ਬੱਚਿਆਂ ਦੇ ਸਿਰ ਮੁੰਡਵਾ ਦਿੱਤੇ ਗਏ ਪ੍ਰਿੰਸੀਪਲ ਵੱਲੋਂ, ਉੱਥੇ ਕੀ ਕਹਿਣਾ ਤੁਹਾਡਾ? ਦੇਖੋ ਅਜੇ ਤੱਕ ਮੈਂ ਹੁਣ ਆ ਰਹੀ ਸੀ ਇਹਦੇ ਬਾਰੇ ਪਤਾ ਨਹੀਂ, ਪਰ ਮੰਦਭਾਗੀ ਗੱਲ ਹੈ, ਇਹਦੇ ਬਾਰੇ ਮੈਨੂੰ ਇੱਕ ਵਾਰੀ ਪਤਾ ਕਰ ਲੈਂਦੋ, ਫਿਰ ਮੈਂ ਜ਼ਰੂਰ ਇਹਦੇ ਬਾਰੇ ਦੱਸਾਂ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਜਿਹੜੇ ਹੇਅਰ ਸਟਾਈਲ ਜਿਹੜੇ ਰੱਖੇ ਜਾਂਦੇ ਸੀਗੇ, ਕਿਉਂਕਿ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਹੇਅਰ ਸਟਾਈਲ ਰੱਖਣੇ ਨਹੀਂ ਚਾਹੀਦੇ, ਉਹਨਾਂ ਨੇ ਫਿਰ ਨਾਈਬ ਲਾ ਕੇ ਖੁਦ ਹੀ ਕਟਵਾ ਦਿੱਤੇ। ਦੇਖੋ ਜੇ ਕੋਈ ਸਕੂਲ ਦਾ ਡਿਸਿਪਲਨ ਆ 0 ਕੱਟ ਜਾਂ 1 ਕੱਟ ਤਾਂ ਹੋ ਸਕਦਾ, ਪਰ ਮੁੰਡਵਾ ਕੇ ਮੁੰਡਨ ਕਰਨਾ ਉਹ ਮੈਨੂੰ ਨਹੀਂ ਚੰਗਾ ਲੱਗਿਆ। ਮੈਨੂੰ ਨਹੀਂ ਪਤਾ ਉਹਦੇ 'ਚ ਕੀ ਹੈ, ਪਰ ਮੈਨੂੰ ਪਤਾ ਲੱਗ ਸਕਦਾ। ਜੀ ਇੱਕ ਆਖਰੀ ਸਵਾਲ ਹੈਗਾ ਮੇਰੇ ਵੱਲੋਂ, ਪੰਜਾਬ ਦੇ ਬਾਕੀ ਕੈਂਡੀਡੇਟ ਅਨਾਊਂਸ ਕਰੋਗੇ ਤਾਂ ਮੁੱਖ ਮੰਤਰੀ ਦਾ ਕਿਹੜਾ ਕਦਮ? ਜਲੰਧਰ ਦੇ ਵਿੱਚ ਜਿਹੜੀਆਂ ਤਕਰੀਬਨ ਹਜੇ ਤੱਕ ਕੋਈ ਵੀ ਸੀਟ ਦੇ ਕੈਂਡੀਡੇਟ ਨਹੀਂ ਦੱਸਿਆ ਗਿਆ ਹੈਗਾ, ਤੇ ਇੱਥੇ ਦੀ ਲਿਸਟ ਕਦੋਂ ਜਾਰੀ ਹੋਏਗੀ? ਇੱਥੇ ਦੀ ਲਿਸਟ ਬਹੁਤ ਜਲਦੀ ਜਾਰੀ ਹੋਏਗੀ, ਕੱਲ੍ਹ ਮੀਟਿੰਗ ਸੀ ਸਾਡੀ ਅਤੇ ਨੇਤਾ ਜੀ ਇਸ ਚੀਜ਼ 'ਤੇ ਆਲਰੇਡੀ ਕੰਮ ਕਰ ਰਹੇ ਆ। ਕਿ ਆਮ ਆਦਮੀ ਪਾਰਟੀ ਵਾਰ ਵਾਰ ਕਹਿ ਰਹੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲੈ ਗਏ, ਪਰ ਕੈਂਡੀਡੇਟ ਹਜੇ ਤੀਕਰ ਨਹੀਂ ਹੈਗਾ ਕਿਤੇ। ਅਤੇ ਦਾਅਵੇਦਾਰੀਆਂ ਜਿਹੜੀਆਂ ਕਈ ਜਿਹੜੇ ਹਲਕੇ ਵਿੱਚੋਂ ਕਈ 2-3 ਜਣਿਆਂ ਵਿੱਚੋਂ ਪੇਸ਼ ਕੀਤੀ ਜਾਂਦੀ ਹੈ। ਸਾਨੂੰ ਪਤਾ ਕਿ ਪੰਜਾਬ ਦੇ ਲੋਕ ਸਾਡੇ ਲਈ ਬਹੁਤ ਫਿਕਰਮੰਦ ਆ, ਜਿਹਦੇ ਵਿੱਚ ਕਾਫੀ ਸਾਰੇ ਸਾਡੇ ਆਪਣੇ ਭਰਾ ਵੀ ਹੈ, ਸਾਨੂੰ ਇਸ ਗੱਲ ਦਾ ਆਵਾਜ਼ ਤੋਂ ਦਰਦ ਪਤਾ, ਪਰ ਅਸੀਂ ਪਿਛਲੀ ਵਾਰ ਵਾਲੀਆਂ ਗਲਤੀਆਂ ਨਹੀਂ ਕਰਨੀਆਂ, ਤੁਹਾਨੂੰ ਅਸੀਂ ਵਧੀਆ ਕੈਂਡੀਡੇਟ ਦੇਵਾਂਗੇ ਅਤੇ ਜਲਦੀ ਹੀ ਦੇਵਾਂਗੇ। ਸੀਐਮ ਚਿਹਰਾ ਕਦੋਂ ਅਨਾਊਂਸ ਕਰ ਰਹੇ ਹੋ? ਸੀਐਮ ਚਿਹਰਾ ਇਸ ਵਾਰ ਅਸੀਂ ਜਲਦੀ ਹੀ ਅਨਾਊਂਸ ਕਰਾਂਗੇ, ਪਰ ਸੀਐਮ ਪੰਜਾਬ ਦਾ ਹੀ ਹੋਏਗਾ, ਨੇਤਾ ਜੀ ਉਹ ਕਹਿ ਚੁੱਕੇ ਆ, ਪਰ ਜਲਦੀ ਕਿਹੜਾ ਹੋਏਗਾ ਉਹ ਮੇਰੀ ਜੁਰਿਸਡਿਕਸ਼ਨ ਨਹੀਂ, ਉਹ ਹਾਈਕਮਾਂਡ ਦੀ, ਉਹ ਹਾਈਕਮਾਂਡ ਦੱਸੇਗਾ। ਲਾਸਟ ਕੁਐਸਚਨ ਆ, ਜਿਵੇਂ ਕਿ ਮੰਨ ਲਓ ਤੁਹਾਡੀ 2022 'ਚ ਸਰਕਾਰ ਬਣ ਜਾਂਦੀ ਆ, ਸਟੂਡੈਂਟਸ ਨੂੰ ਲਾਅ ਜਿਹੜਾ ਸਟੱਡੀ ਲਾਜ਼ਮੀ ਕਰੋਗੇ ਜਾਂ ਕਿੱਦਾਂ, ਕਿਉਂਕਿ ਆਪਾਂ ਨੂੰ ਅਧਿਕਾਰਾਂ ਦਾ ਹੀ ਨਹੀਂ ਪਤਾ,
ਸਿਰਫ ਆਟਾ ਦਾ ਸਕੀਮ ਤੱਕ ਹੀ ਰਹਿ ਜਾਂਦੇ ਪਿੰਡਾਂ ਦੇ ਸਾਰੇ, ਮਤਲਬ ਇੱਥੇ ਤੱਕ ਅਗਾਂਹ ਵੱਧ ਨਹੀਂ ਦਿੱਤਾ ਜਾਂਦਾ, ਉਹ ਉੱਥੇ ਉਸ ਬਾਰੇ ਤੁਸੀਂ ਕੀ ਕਰੋਗੇ? ਮਤਲਬ ਜਦੋਂ ਸਕੂਲਾਂ ਦੇ ਵਿੱਚ ਸਰਬ ਧਰਮ ਦੀ ਪ੍ਰੀਖਿਆ ਜਿਵੇਂ ਉਹਨਾਂ ਨੇ ਦਿੱਲੀ ਸ਼ੁਰੂ ਕੀਤੀ ਹੈ, ਉਹ ਹੋ ਗਈ, ਉਹ ਇੱਕ ਦੂਜੇ ਦੀ ਰਿਸਪੈਕਟ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਨੂੰ ਆਪਦਾ ਜਦੋਂ ਕੰਸਟੀਟਿਊਸ਼ਨ ਸਮੇਂ ਸਮੇਂ 'ਤੇ ਥੋੜ੍ਹਾ ਥੋੜ੍ਹਾ ਪੜ੍ਹਾਇਆ ਜਾਏਗਾ, ਉਹ ਸੰਵਿਧਾਨ ਤੋਂ ਅਵੇਅਰ ਹੋਣਗੇ। ਜਦੋਂ ਬੱਚੇ ਨੂੰ ਪਤਾ ਲੱਗ ਗਿਆ ਕਿ ਮੇਰਾ ਏਮ ਐਂਡ ਫੋਕਸ ਇਹ ਹੈ, ਉਹ ਬੜਾ ਕੁਛ ਆਪੇ ਹੀ ਸਿੱਖ ਜਾਂਦਾ। ਪਰ ਜਦੋਂ ਅਸੀਂ ਉਹਨਾਂ ਨੂੰ ਸਕੂਲ ਦੇ ਵਿੱਚ ਜਾ ਕੇ ਟੀਚਰ ਹੈ ਨਹੀਂ, ਖੇਡਣ ਨੂੰ ਗਰਾਊਂਡ ਹੈ ਨਹੀਂ, ਉੱਥੇ ਬੱਚਾ ਜਿਹੜਾ ਮਟੀਰੀਅਲ ਲੈ ਕੇ ਆਇਆ ਉਹ ਬੱਚਾ ਕਿਸੇ ਕੁਆਲੀਫਾਈਡ ਤੋਂ ਨਹੀਂ ਲੈ ਕੇ ਆਇਆ, ਜਦੋਂ ਉਹਨੂੰ ਕੁਆਲੀਫਾਈਡ ਸਟਾਫ ਮਿਲ ਗਿਆ, ਹੋਸਪਿਟਲ ਦੇ ਵਿੱਚ ਵਧੀਆ ਡਾਕਟਰਸ ਮਿਲ ਗਏ, ਤਾਂ ਇਹ ਤਾਂ ਉਹਨਾਂ ਨੂੰ ਆਪਣੇ ਆਪ ਅਵੇਅਰਨੈਸ ਹੋ ਜਾਣੀ ਹੈ। ਹੁਣ ਸਮੱਸਿਆ ਇਹ ਆ ਵੀ ਜਿੱਥੇ ਸਾਡਾ ਬੱਚਾ 7 ਤੋਂ 8 ਘੰਟੇ ਬਤੀਤ ਕਰਦਾ, ਉੱਥੇ ਸਹੂਲਤ ਹੀ ਹੈ ਨਹੀਂ। ਈਵਨ ਉਹਨਾਂ ਦੇ ਤਾਂ ਕਈ ਵਾਰੀ ਕਈ ਵਾਸ਼ਰੂਮ ਦੇ ਵਿੱਚ ਤਾਂ ਸੋਪ ਹੈ ਨਹੀਂ, ਪਾਣੀ ਹੈ ਨਹੀਂ, ਕਈਆਂ 'ਚ ਨਹੀਂ, ਕਈ ਮੈਕਸੀਮਮ 'ਚ ਹੈ ਨਹੀਂ। ਬੱਚੇ ਨੂੰ ਆਪਣੀਆਂ ਮੇਜਰ ਜ਼ਰੂਰਤਾਂ ਨੂੰ ਸਾਫ਼ ਸਫਾਈ ਕਿਵੇਂ ਰੱਖਣੀ ਆ ਉਹਦਾ ਨਹੀਂ ਪਤਾ, ਅਤੇ ਹੋਰ ਕੀ ਹੋ ਸਕਦਾ। ਮੇਰੇ ਸਤਿਕਾਰਯੋਗ ਸਾਥੀਓ ਔਰ ਮੇਰੇ ਪ੍ਰੈਸ ਵਾਲੇ ਸਾਥੀਓ, ਤੁਹਾਡੇ ਸਹਿਯੋਗ ਨਾਲ ਜੋਗਿੰਦਰਪਾਲ ਸ਼ਰਮਾ ਦੀ ਅੱਜ ਬੱਲੇ ਬੱਲੇ ਆ, ਅੱਜ ਦੀ ਜਿਹੜੀ ਰੈਲੀ ਆ ਇਹ 2-2.5 ਮਹੀਨੇ ਰਹਿ ਗਏ ਆ ਇਲੈਕਸ਼ਨ ਦੇ ਵਿੱਚ, ਔਰ ਸਾਡੀ ਪਾਰਟੀ ਨੇ ਸ਼ੁਰੂਆਤ ਕਰ ਦਿੱਤੀ ਆ ਨੌਰਥ ਤੋਂ। ਅੱਜ ਨੌਰਥ ਦੀ ਮੇਰੀ ਜੋਗਿੰਦਰਪਾਲ ਸ਼ਰਮਾ ਦੀ ਪਹਿਲੀ ਰੈਲੀ ਸੀ, ਔਰ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਅੱਜ ਬੱਲੇ ਬੱਲੇ ਹੋ ਗਈ ਆ। ਬਾਕੀ ਮਾਲਕ ਨੇ ਕੀਤਾ ਅੱਗੇ 10-15 ਦਿਨ ਤੱਕ ਟਿਕਟਾਂ ਅਲਾਊਂਸ ਹੋ ਜਾਣੀਆਂ ਵਾਂ, ਇਹ ਵੀ ਤੁਹਾਡੇ ਪੱਤਰਕਾਰ ਭਰਾਵਾਂ ਦੇ ਸਹਾਰੇ ਨਾਲ ਹੋਣੀਆਂ ਵਾਂ। ਅਤੇ ਮੈਨੂੰ ਮਾਲਕ ਨੇ ਜੇ ਤਾਜ ਸਿਰ 'ਤੇ ਨਵਾਜਿਆ ਅਤੇ ਮੈਂ ਦਿਨ ਰਾਤ ਇੱਕ ਕਰਕੇ ਨੌਰਥ ਮੁਹੱਲੇ ਦੀ ਨੁਹਾਰ ਬਦਲ ਦਿਆਂਗਾ। ਔਰ ਮੈਂ ਇੱਕ ਵਾਰ ਤੁਹਾਡੇ ਨਾਲ ਹੋਰ ਕਰਦਾ ਕਿ ਮੈਂ ਜਿੱਦਾਂ ਇੱਥੇ MLA ਬਣ ਕੇ ਮੁੜ ਕੇ ਕਿਸੇ ਦੀ ਗੱਲ ਨਹੀਂ ਸੁਣਦੇ, ਗਨਮੈਨ ਨਾਲ ਹੁੰਦੇ ਆ, ਮੈਂ ਖੁਦ ਮੁਹੱਲੇ ਮੁਹੱਲੇ 'ਚ ਜਾ ਕੇ, ਇੱਕ ਗਰੀਬ ਹਾਂ ਪਰ ਮੈਂ ਮੁਹੱਲੇ ਮੁਹੱਲੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਬਣੂੰਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਘਰ ਘਰ ਜੋਗਿੰਦਰਪਾਲ ਸ਼ਰਮਾ ਕਿਹਾ ਕਰਨਗੇ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ, ਦੈਨਿਕ ਸਵੇਰਾ TV। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98-199-37-467। ਮੇਰੇ ਬਾਪੂ ਅਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ 'ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਅਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਅਤੇ ਕਦੇ ਚੰਗੇ, ਪਰ ਮਾਂ ਬਾਪ ਕਦੀ ਬਦਲੇ ਨਹੀਂ ਜਾਂਦੇ।